ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਵਿੱਚ 300 ਫੁੱਟ ਡੂੰਘੇ ਬੋਰਵੈਲ 2 ਸਾਲਾ ਮਾਸੂਮ ਬੱਚਾ ਖੇਡਦੇ ਹੋਏ ਡਿੱਗ ਗਿਆ, ਜਿਸ ਨੂੰ ਬੋਰਵੈਲ 'ਚੋਂ ਕੱਢਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਅਤੇ ਮੌਕੇ 'ਤੇ ਪਹੁੰਚੇ SDM ਮਨਜੋਤ ਕੌਰ ਦਾ ਕਹਿਣਾ ਹੈ ਕਿ ਫੌਜ ਦੀ ਰੈਸਕਿਊ ਟੀਮ ਵੀ ਜਲਦੀ ਪਹੁੰਚ ਰਹੀ ਹੈ ਤਾਂ ਜੋ ਬੱਚੇ ਨੂੰ ਸਹੀ ਸਲਾਮਤ ਕੱਢਿਆ ਜਾ ਸਕੇ। ਬਿਊਰੋ ਰਿਪੋਰਟ, ਐਕਸ ਪੰਜਾਬ। ਬੱਚੇ ਦੇ ਪੈਰ ਟਿਕਣ ਦੋ ਸਾਲ ਦਾ ਦੱਸ ਕੱਲਾ ਹੀ ਬੇਟਾ ਕਈ ਸਾਲਾਂ ਬਾਅਦ ਕਿੰਨੇ ਸਾਲਾਂ ਬਾਅਦ ਤੇ ਤੁਹਾਡੇ ਘਰ ਦੇ ਕੀ ਕੰਮ ਕਰਦੇ ਜੀ? ਖੇਤੀ ਦੇ ਕੰਮ ਕਰਦੇ। ਪਤਾ ਲੱਗਿਆ ਵਿਦ ਇਨ 5 ਮਿੰਟ ਸਾਡੇ ਆਫਿਸਰ ਪਹੁੰਚ ਗਏ, 10 ਮਿੰਟਸ ਦੇ ਵਿੱਚ ਸਾਰੀਆਂ ਟੀਮਾਂ ਪਹੁੰਚ ਚੁੱਕੀਆਂ ਨੇ, ਮੈਡੀਕਲ ਟੀਮਸ ਪਹੁੰਚ ਗਈ ਹੈ, ਆਕਸੀਜਨ ਦਾ ਪ੍ਰਬੰਧ ਅਸੀਂ ਕਰ ਦਿੱਤਾ, ਆਕਸੀਜਨ ਜਿਹੜੀ ਸਾਡੀ ਮੈਡੀਕਲ ਡਾਕਟਰ ਦੀ ਦੇਖ ਰੇਖ ਦੇ ਵਿੱਚ ਅੰਦਰ ਪ੍ਰੋਵਾਈਡ ਕੀਤੀ ਗਈ ਹੈ, ਬਟ ਅਨਲੱਕੀਲੀ ਹਲੇ ਅਸੀਂ ਬੱਚੇ ਨੂੰ ਦੇਖ ਨਹੀਂ ਪਾ ਰਹੇ, ਕੈਮਰਾ ਜੇ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੈਮਰਾ ਟੀਮ ਨੂੰ ਬੁਲਾਇਆ, ਕੈਮਰਾ ਨਾਲ ਦੀ ਨਾਲ ਸਾਡੀ ਰੈਸਕਿਊ ਓਪਰੇਸ਼ਨ ਵਾਸਤੇ ਸਾਡੀ ਆਰਮੀ ਟੀਮਸ ਵੀ NDRF ਦੀਆਂ ਟੀਮਸ ਵੀ ਚੱਲੀਆਂ ਹੋਈਆਂ ਨੇ, ਔਨ ਦਾ ਵੇ ਨੇ, ਅਤੇ ਬਹੁਤ ਜਲਦੀ ਅਸੀਂ ਸਕਸੈਸ ਤੱਕ ਆਕਸੀਜਨ ਪਹੁੰਚਾ ਪਾਏ ਆਪਾਂ। ਹਾਂਜੀ, ਬੱਚੇ ਤੱਕ ਆਕਸੀਜਨ ਪਹੁੰਚਾ ਦਿੱਤੀ ਹੈ। ਤੇ ਲੋਕਾਂ ਦੇ ਸਹਿਯੋਗ ਨਾਲ ਕੀ ਕੁਝ ਕੀਤਾ ਜਾ ਰਿਹਾ? ਲੋਕਾਂ ਦਾ ਸਹਿਯੋਗ ਦੇਖੋ ਜੀ, ਇੰਨਾ ਅੱਛਾ ਦੇਖਣ ਨੂੰ ਮਿਲ ਰਿਹਾ ਕਿ 4-5 ਉਹਨਾਂ ਨੇ JCB ਮਸ਼ੀਨਸ ਲਗਾ ਕੇ ਮਿੱਟੀ ਪੁਟਾਈ ਕਰਤੀ ਹੈ ਤਾਂ ਕਿ ਆਰਮੀ ਆਫਿਸਰ ਦੇ ਆਉਣ ਤੱਕ ਉਹ ਈਜ਼ੀ ਹੋ ਜਾਵੇ ਉਹਨਾਂ ਨੂੰ ਕਰਨਾ ਅਤੇ ਟਾਈਮ ਨਾ ਜ਼ਿਆਦਾ।